ਪੰਜਾਬੀ ਇੰਡਸਟਰੀ ਦੇ ਇੱਕ ਹੋਰ ਗਾਇਕ ਦਾ ਹੋਇਆ ਵਿਆਹ। ਨਵੀਂ ਵਿਆਹੀ ਲਾੜੀ ਦੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਸਵੀਰਾਂ। ਪੰਜਾਬੀ ਇੰਡਸਟਰੀ ਦੇ ਵਿੱਚ ਲਗਾਤਾਰ ਵਿਆਹਾਂ ਦਾ ਸੀਜ਼ਨ ਚੱਲ ਰਿਹਾ। ਇੱਕ ਤੋਂ ਬਾਅਦ ਇੱਕ ਪੰਜਾਬੀ ਗਾਇਕ ਮਾਡਲ ਵਿਆਹ ਦੇ ਬੰਧਨ ਚ ਵੱਜ ਰਹੇ ਨੇ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤੇ ਐਕਟਰ ਗੁਰਨਾਮ ਭੁੱਲਰ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਮਾਡਲ ਸ੍ਰਿਸ਼ਟੀ ਮਾਨ ਵੀ ਵਿਆਹ ਦੇ ਬੰਧਨ ਚ ਬਚੇ ਸੀ। ਤੇ ਹੁਣ ਇੱਕ ਹੋਰ ਖਬਰ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਗਾਇਕ ਪ੍ਰੇਮ ਢਿੱਲੋਂ ਵੀ ਵਿਆਹ ਕਰਵਾ ਚੁੱਕੇ ਨੇ। ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਅਜਿਹੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਗਈ ਹੈ, ਪਰ ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਨਵੀਂ ਵਿਆਹੀ ਵੋਟੀ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੇਮ ਢਿੱਲੋਂ ਦੀ ਵਾਈਫ ਹੈ ਅਤੇ ਨਾਮ ਉਹਨਾਂ ਦਾ ਹਰਮਨ ਰਾਏ ਦੱਸਿਆ ਜਾ ਰਿਹਾ। ਦੱਸ ਦਈਏ ਕਿ ਉਹਨਾਂ ਦੀ ਜੋ ਵਾਈਫ ਹੈ ਕਾਫੀ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਇਹਨਾਂ ਖਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤਾਂ ਨਹੀਂ ਪਤਾ ਲੱਗ ਸਕਿਆ, ਕਿਉਂਕਿ ਪ੍ਰੇਮ ਢਿੱਲੋਂ ਦੇ ਵੱਲੋਂ ਅਜਿਹੀ ਕੋਈ ਵੀ ਫੋਟੋ ਜਾਂ ਵਿਆਹ ਦੀ ਖਬਰ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਨਹੀਂ ਕੀਤੀ ਗਈ ਹੈ। ਅਤੇ ਜੇ ਉੱਥੇ ਪ੍ਰੇਮ ਢਿੱਲੋਂ ਦੇ ਵਰਕ ਫਰੰਟ ਦੇ ਉੱਤੇ ਨਜ਼ਰ ਮਾਰੀਏ ਤਾਂ ਉਹਨਾਂ ਦੇ ਕਰੀਅਰ ਦੇ ਵਿੱਚ ਉਹਨਾਂ ਨੇ ਕਾਫੀ ਹਿੱਟ ਗੀਤ ਦਿੱਤੇ ਨੇ। ਅਤੇ ਉਹਨਾਂ ਦੇ ਸ਼ੁਰੂਆਤੀ ਗਾਣੇ ਦੀ ਗੱਲ ਕਰੀਏ ਜਿੱਥੋਂ ਉਹਨਾਂ ਨੇ ਡੈਬਿਊ ਕੀਤਾ ਸੀ, ਅਤੇ ਉਹ ਸੌਂਗ ਸੀ ਚੰਨ ਮਿਲਾਉਂਦੀ, ਜੋ ਕਿ ਹਿੱਟ ਰਿਹਾ ਸੀ। ਜਿਸ ਤੋਂ ਬਾਅਦ ਮਿਸਟਰ ਐਂਡ ਮਿਸਿਸ 420 ਰਿਟਰਨਸ ਦੇ ਵਿੱਚ ਪੱਟ ਤੈਨੂੰ ਲੈ ਜਾਣਗੇ ਇਹ ਸੌਂਗ ਆਇਆ ਸੀ। ਅਤੇ ਜੇ ਹਿੱਟ ਗੀਤ ਦੀ ਗੱਲ ਕਰੀਏ ਜਿੱਥੋਂ ਦੀ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਗਿਆ ਸੀ, ਤਾਂ ਉਹ ਸੀ ਬੂਟ ਕੱਟ ਪਾਉਂਦੇ ਆ। ਅਤੇ ਇਹ ਗੀਤ ਜੋ ਸੀਗਾ ਸਿੱਧੂ ਮੂਸੇਵਾਲਾ ਦੇ ਚੈਨਲ ਦੇ ਉੱਤੇ ਰਿਲੀਜ਼ ਹੋਇਆ ਸੀ। ਉਸ ਤੋਂ ਬਾਅਦ ਓਲਡ ਸਕੂਲ ਦੇ ਵਿੱਚ ਵੀ ਇਹ ਗਾਇਕ ਨਜ਼ਰ ਆਏ ਸੀ। ਪੰਜਾਬੀ ਇੰਡਸਟਰੀ ਦੇ ਵਿੱਚ ਲਗਾਤਾਰ ਵਿਆਹਾਂ ਦਾ ਸੀਜ਼ਨ ਚੱਲ ਰਿਹਾ। ਇੱਕ ਤੋਂ ਬਾਅਦ ਇੱਕ ਪੰਜਾਬੀ ਗਾਇਕ ਮਾਡਲ ਵਿਆਹ ਦੇ ਬੰਧਨ 'ਚ ਵੱਜ ਰਹੇ ਨੇ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਐਕਟਰ ਗੁਰਨਾਮ ਭੁੱਲਰ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਮਾਡਲ ਸ੍ਰਿਸ਼ਟੀ ਮਾਨ ਵੀ ਵਿਆਹ ਦੇ ਬੰਧਨ 'ਚ ਬਚੇ ਸੀ। ਅਤੇ ਹੁਣ ਇੱਕ ਹੋਰ ਖਬਰ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਗਾਇਕ ਪ੍ਰੇਮ ਢਿੱਲੋਂ ਵੀ ਵਿਆਹ ਕਰਵਾ ਚੁੱਕੇ ਨੇ। ਹਾਲਾਂਕਿ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਅਜਿਹੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਗਈ ਹੈ, ਪਰ ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਨਵੀਂ ਵਿਆਹੀ ਵੋਟੀ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੇਮ ਢਿੱਲੋਂ ਦੀ ਵਾਈਫ ਹੈ ਅਤੇ ਨਾਮ ਉਹਨਾਂ ਦਾ ਹਰਮਨ ਰਾਏ ਦੱਸਿਆ ਜਾ ਰਿਹਾ। ਅਤੇ ਦੱਸ ਦਈਏ ਕਿ ਉਹਨਾਂ ਦੀ ਜੋ ਵਾਈਫ ਹੈ ਕਾਫੀ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਇਹਨਾਂ ਖਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤਾਂ ਨਹੀਂ ਪਤਾ ਲੱਗ ਸਕਿਆ, ਕਿਉਂਕਿ ਪ੍ਰੇਮ ਢਿੱਲੋਂ ਦੇ ਵੱਲੋਂ ਅਜਿਹੀ ਕੋਈ ਵੀ ਫੋਟੋ ਜਾਂ ਵਿਆਹ ਦੀ ਖਬਰ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਨਹੀਂ ਕੀਤੀ ਗਈ ਹੈ। ਅਤੇ ਜੇ ਉੱਥੇ ਪ੍ਰੇਮ ਢਿੱਲੋਂ ਦੇ ਵਰਕ ਫਰੰਟ ਦੇ ਉੱਤੇ ਨਜ਼ਰ ਮਾਰੀਏ ਤਾਂ ਉਹਨਾਂ ਦੇ ਕਰੀਅਰ ਦੇ ਵਿੱਚ ਉਹਨਾਂ ਨੇ ਕਾਫੀ ਹਿੱਟ ਗੀਤ ਦਿੱਤੇ ਨੇ। ਅਤੇ ਉਹਨਾਂ ਦੇ ਸ਼ੁਰੂਆਤੀ ਗਾਣੇ ਦੀ ਗੱਲ ਕਰੀਏ ਜਿੱਥੋਂ ਉਹਨਾਂ ਨੇ ਡੈਬਿਊ ਕੀਤਾ ਸੀ, ਅਤੇ ਉਹ ਸੌਂਗ ਸੀ ਚੰਨ ਮਿਲਾਉਂਦੀ, ਜੋ ਕਿ ਹਿੱਟ ਰਿਹਾ ਸੀ। ਜਿਸ ਤੋਂ ਬਾਅਦ ਮਿਸਟਰ ਐਂਡ ਮਿਸਿਸ 420 ਰਿਟਰਨਸ ਦੇ ਵਿੱਚ ਪੱਟ ਤੈਨੂੰ ਲੈ ਜਾਣਗੇ ਇਹ ਸੌਂਗ ਆਇਆ ਸੀ। ਅਤੇ ਜੇ ਹਿੱਟ ਗੀਤ ਦੀ ਗੱਲ ਕਰੀਏ ਜਿੱਥੋਂ ਦੀ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਗਿਆ ਸੀ, ਤਾਂ ਉਹ ਸੀ ਬੂਟ ਕੱਟ ਪਾਉਂਦੇ ਆ। ਅਤੇ ਇਹ ਗੀਤ ਜੋ ਸੀਗਾ ਸਿੱਧੂ ਮੂਸੇਵਾਲਾ ਦੇ ਚੈਨਲ ਦੇ ਉੱਤੇ ਰਿਲੀਜ਼ ਹੋਇਆ ਸੀ। ਉਸ ਤੋਂ ਬਾਅਦ ਓਲਡ ਸਕੂਲ ਦੇ ਵਿੱਚ ਵੀ ਇਹ ਗਾਇਕ ਨਜ਼ਰ ਆਏ ਸੀ।